ਹਾਂਜੀ ਜੀ, ਕੀ ਨਾਮ ਹੈ ਜੀ ਆਪਣਾ? ਮੈਂ ਸੁਖਬੀਰ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਸਮਰਾਲਾ। ਜਿਹੜੀ ਅੱਜ ਮੀਟਿੰਗ ਕੀਤੀ ਉਹ ਕਿਸ ਆਧਾਰ ਤੇ ਕੀਤੀ ਆ? ਅੱਜ ਸਾਡੀ ਜਦੋਂ ਸਰਕਾਰ ਨੇ ਜਿਹੜੀਆਂ ਨਵੀਆਂ ਕਮੇਟੀਆਂ ਨਾਮਜ਼ਦ ਕੀਤੀਆਂ ਨੇ, ਅੱਜ ਸਾਡੇ ਸਮਰਾਲਾ ਮਾਰਕੀਟ ਕਮੇਟੀ ਦੀ ਜਿਹੜੀ ਪਹਿਲੀ ਮੀਟਿੰਗ ਸੀ ਮੈਂਬਰਾਂ ਦੇ ਸਹਿਯੋਗ ਦੇ ਨਾਲ, ਉਹ ਦਫ਼ਤਰ ਵਿੱਚ ਕੀਤੀ ਗਈ ਆ। ਇਸ ਦੇ ਵਿੱਚ ਕੁਝ ਪੰਜ ਚਾਰ ਜਿਹੜੇ ਮੇਨ ਕੰਮ ਅੱਜ ਦੀ ਮੀਟਿੰਗ ਦੇ ਏਜੰਡੇ ਦੇ ਵਿੱਚ ਰੱਖੇ ਸੀ। ਸਭ ਤੋਂ ਜਿਹੜਾ ਪ੍ਰਮੁੱਖ ਕੰਮ ਹੈ, ਕਿਉਂਕਿ ਕੁਝ ਕੰਮ ਮਾਰਕੀਟ ਕਮੇਟੀ ਵੱਲੋਂ ਚੱਲ ਰਹੇ ਨੇ, ਮੰਡੀ ਦੀ ਬਾਉਂਡਰੀ ਵਾਲ ਹੈ ਉਹਦਾ ਕੰਮ ਚੱਲ ਰਿਹਾ, ਨਵੇਂ ਜਿਹੜੇ ਕੁਝ ਫੰਡ ਹੈਗੇ ਫੜ ਬਣਦੇ ਆ ਉਹਨਾਂ ਦਾ ਕੰਮ ਚੱਲ ਰਿਹਾ, ਉਹਦੀ ਸਮੀਖਿਆ ਕੀਤੀ ਗਈ ਤਾਂ ਕਿ ਵਧੀਆ ਤਰੀਕੇ ਦੇ ਨਾਲ ਉਹ ਜਿਹੜੇ ਕੰਮ ਨੇ ਹੋ ਸਕਣ। ਉਸ ਤੋਂ ਬਾਅਦ ਇੱਕ ਜਿਹੜਾ ਸਾਡਾ ਕਮੇਟੀ ਦੇ ਅੰਡਰ ਮੰਡੀ ਦੇ ਅੰਡਰ ਫਾਲਤੂ ਜਗ੍ਹਾ ਪਈ ਹੁੰਦੀ ਹੈ, ਮੈਂਬਰਾਂ ਦੀ ਡਿਮਾਂਡ ਤੇ, ਆੜ੍ਹਤੀ ਸਾਹਿਬਾਨਾਂ ਦੀ ਡਿਮਾਂਡ ਦੇ ਉੱਤੇ ਇਹ ਮਤਾ ਪਾਇਆ ਗਿਆ ਕਿ ਉਸ ਵਾਧੂ ਪਈ ਜਿਹੜੀ ਜਗ੍ਹਾ ਹੈ ਉਹਦੇ ਉੱਤੇ ਵੀ ਫੜ ਬਣਾਏ ਜਾਣ, ਤਾਂ ਕਿ ਜਿਹੜੀ ਸੀਜ਼ਨ ਦੇ ਵਿੱਚ ਫਸਲ ਆਉਂਦੀ ਹੈ ਉਸ ਨੂੰ ਵਧੀਆ ਤਰੀਕੇ ਨਾਲ ਪੱਕੇ ਫੜਾਂ ਦੇ ਵਿੱਚ ਸਾਂਭਿਆ ਜਾ ਸਕੇ। ਔਰ ਇਸ ਤੋਂ ਬਿਨਾਂ ਇੱਕ ਏਜੰਡਾ ਸਾਡਾ ਇਹ ਸੀ ਕਿ ਜਿਹੜੇ ਕੰਮ ਚੱਲਦੇ ਹੈ, ਲਾਈਟਿੰਗ ਦਾ ਕੰਮ ਹੈ ਸਰਕਾਰ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਮੰਡੀ ਦੇ ਵਿੱਚ ਪੂਰੀ ਲਾਈਟਿੰਗ ਸਿਸਟਮ ਦਾ ਚੱਲਦਾ ਹੈ, ਉਹਦੇ ਜਿਹੜੇ ਕੁਛ ਸਾਡੇ ਫੰਡ ਸੀ ਕਮੇਟੀ ਨੇ ਜਮ੍ਹਾਂ ਕਰਾਉਣੇ ਹੁੰਦੇ ਆ, ਉਹਨਾਂ ਕੰਮਾਂ ਦੇ ਫੰਡ ਜਮ੍ਹਾਂ ਕਰਾਉਣ ਲਈ ਜਿਹੜੀ ਪ੍ਰਵਾਨਗੀ ਹੈ ਉਹ ਵੀ ਅੱਜ ਦੀ ਇਸ ਮੀਟਿੰਗ ਵਿੱਚੋਂ ਲਈ ਗਈ ਹੈ। ਅਤੇ ਇਸੇ ਤਰ੍ਹਾਂ ਦੋ ਤਿੰਨ ਕੰਮ ਜਿਹੜੇ ਹੋਰ ਸੀ ਉਹਨਾਂ ਦੀ ਵੀ ਚਰਚਾ ਕੀਤੀ ਗਈ, ਔਰ ਸਾਰੀ ਕਮੇਟੀ ਦੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਕੋਸ਼ਿਸ਼ ਕਰਾਂਗੇ ਕਿ ਸਾਡੇ ਮੌਜੂਦਾ ਸਮੇਂ ਦੇ ਵਿੱਚ ਆੜ੍ਹਤੀ ਸਾਹਿਬਾਨਾਂ ਦੀ ਸਲਾਹ ਲੈ ਕੇ ਜਿਹੜੇ ਮਾਰਕੀਟ ਕਮੇਟੀ ਦੇ ਅੰਡਰ ਕੰਮ ਆਉਂਦੇ ਆ ਉਹਨਾਂ ਨੂੰ ਵਧੀਆ ਤਰੀਕੇ ਨਾਲ ਅਤੇ ਨਿਰਪੱਖ ਤਰੀਕੇ ਨਾਲ